ਫਿਰਦੀ ਵੀ ਨਹੀਂ ਤੇ ਦਿਮਾਗ ਵੀ ਹੈ ਨਹੀਂ ਇਹਦਾ ਉਹ ਲੈ ਕੇ ਚੱਕ ਕੇ ਤੁਰਿਆ ਫਿਰਦਾ ਹੈ ਕਿਤੇ ਕਿਤੇ ਨਹਾਉਣਾ ਧੋਣਾ ਹੈ ਸ਼ਾਮ ਨੂੰ ਵੀ ਨਵਾ ਕੇ ਪਾਉਣੀ ਹੈ ਬੈਡਰੂਮ ਬਾਥਰੂਮ ਵਿੱਚ ਵੀ ਕਰ ਲੈਂਦੀ ਹੈ ਤੇ ਜਿਹੜੇ ਲੀੜੇ ਪਏ ਉਹ ਸਾਰੇ ਲੀੜੇ ਧੋਣਾ ਜੀ ਸਾਰਾ ਬੋਕਰ ਭਾਰੀ ਕੱਢ ਕੇ ਰੋਟੀ ਪਾਣੀ ਬਣਾ ਕੇ ਖਵਾ ਕੇ ਇਹਨਾਂ ਨੂੰ ਫਿਰ ਮੈਂ ਜਾਂਦਾ ਜੀ ਜਿਵੇਂ ਅਸੀਂ ਦੇਖਦੇ ਹਾਂ ਵੀ ਇੱਥੇ ਇਹ ਰੇੜੀ ਫਿਰਦੀ ਹੈ ਕਿਤੇ ਇਸ ਤਰ੍ਹਾਂ ਵੀ ਹੁੰਦਾ ਵੀ ਘਰੋਂ ਬਾਹਰ ਚਲੀ ਜਾਂਦੀ ਬਾਹਰ ਚਲੀ ਜਾਂਦੀ ਜੀ ਭਾਲ ਭੁਲ ਕੇ ਲਈ ਜਾਈ ਨਿਗਾਹ ਇਹਦੇ ਤੋਂ ਤੁਰਿਆ ਹੀ ਨਹੀਂ ਜਾਂਦਾ ਅੱਛਾ ਜੀ ਇਹ ਤਾਂ ਪਈ ਰਹਿੰਦੀ ਸਾਰੀ ਦਿਹਾੜੀ ਜੇ ਤੁਹਾਡੇ ਘਰ ਵਾਲੀ ਤੋਂ ਹਾਂਜੀ ਅੱਛਾ ਜੀ ਤੇ ਫਿਰ ਇਹ ਜਾਵੜਦੀ ਹੈ ਕਿਸੇ ਪਾਸੇ ਤੋਂ ਉਦੋਂ ਫਿਰ ਇਹਨੂੰ ਭਾਲ ਭੁਲ ਕੇ ਲਈ ਜਾਈ ਜੀ ਤੇ ਚਾਹ ਚੋਣੀ ਪੀਣੀ ਸਾਨੂੰ ਚਾਹ ਮੰਗੀ ਹੈ ਫਿਰ ਰਾਤ ਨੂੰ ਇਹਦਾ ਇਹ ਨਹੀਂ ਪਤਾ ਜੀ ਸੌਂਦੀ ਹੈ ਕਿ ਜਾਗਦੀ ਹੁੰਦੀ ਜਦੋਂ ਵੇਖੀ ਇਹ ਜਾਗਦੀ ਪਈ ਹੁੰਦੀ ਹੈ ਦੌਰਾ ਪੈ ਜਾਂਦਾ ਦੌਰਾ ਪੈ ਗਿਆ ਸੱਟ ਵੱਜੀ ਜਿਹਦੇ ਇੱਧਰ ਦੀ ਅੱਖ ਤੇ ਪੁੱਠੀ ਹੋ ਕੇ ਡਿੱਗਦੀ ਹੈ ਜਦੋਂ ਦੌਰਾ ਪੈਂਦਾ ਜੀ ਕੋਈ ਨਹੀਂ ਆਉਂਦਾ ਜਾਂਦਾ ਜੀ ਅੱਛਾ ਨਾ ਸਾਡੇ ਕੋਲ ਘਰੇ ਆਉਂਦਾ ਕੋਈ ਨਾ ਸਾਨੂੰ ਕੋਈ ਬੁਲਾਉਂਦਾ ਜੀ ਇਹਦੇ ਕਰਕੇ ਹਾਂਜੀ ਇਹ ਦੋਵੇਂ ਮਾਵਾਂ ਧੀਆਂ ਬਸ ਇਹਨਾਂ ਨੂੰ ਮੈਂ ਛੱਡ ਜਾਂਦਾ ਇੱਥੇ ਬੈਠੀਆਂ ਰਹਿੰਦੀਆਂ ਪਈਆਂ ਰਹਿੰਦੀਆਂ ਇਹ ਬਾਹਰ 'ਚ ਬੈਠੀ ਰਹਿੰਦੀ ਸਾਰੀ ਦਿਹਾੜੀ ਉੱਥੇ ਜੀ ਕਦੇ ਇੱਧਰ ਜਾਵੜੀ ਉੱਧਰ ਜਾਵੜੀ ਕਿਸੇ ਪਾਸੇ ਬਸ ਐਂ ਤੁਰੀ ਫਿਰਦੀ ਜੀ ਅੱਜ ਅਸੀਂ ਉਸ ਘਰ ਦੇ ਵਿੱਚ ਪਹੁੰਚੇ ਹਾਂ ਜਿੱਥੇ ਬਿਮਾਰੀ ਨੂੰ ਲੈ ਕੇ ਪਿਤਾ ਨੂੰ ਜਿਹੜਾ ਹੈਗਾ ਚਾਰ ਚੁਫੇਰਿਓਂ ਕਬੀਲਦਾਰੀ ਨੂੰ ਵੀ ਘੇਰਿਆ ਅਤੇ ਬਿਮਾਰੀ ਨੇ ਵੀ ਘੇਰਿਆ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇੱਕ ਭੈਣ ਹੈ 22 ਸਾਲ ਦੀ ਮਨਬੁੱਧੀ ਹੈ ਦਿਮਾਗ ਪੱਖੋਂ ਵੀ ਜਿਹੜੇ ਹੈਗੇ ਪ੍ਰੋਪਰ ਠੀਕ ਨਹੀਂ ਹੈਗੀ ਔਰ ਇਹਨਾਂ ਦੇ ਪਿਤਾ ਜੀ ਆ ਔਰ ਇਹਨਾਂ ਦੇ ਮਾਤਾ ਜੀ ਆ ਉਹ ਵੀ ਕਾਫੀ ਬਿਮਾਰ ਰਹਿੰਦੇ ਆ ਗੱਲਬਾਤ ਕਰਦੇ ਆ ਗੁਰਪ੍ਰੀਤ ਸਿੰਘ ਜੀ ਕੀ ਲੜਕੀ ਦੀ ਉਮਰ ਕਿੰਨੀ ਹੈ ਤੇ ਕੀ ਗੱਲਬਾਤ ਹੈ 22 ਸਾਲਾਂ ਦੀ ਹੈ ਜੀ ਜੀ ਇਹ ਤੁਰਦੀ ਵੀ ਨਹੀਂ ਤੇ ਦਿਮਾਗ ਵੀ ਹੈ ਨਹੀਂ ਇਹਦਾ ਉਹ ਲੈ ਕੇ ਚੱਕ ਕੇ ਤੁਰਿਆ ਫਿਰਦਾ ਜੀ ਕਿਤੇ ਕਿਤੇ ਨਹਾਉਣਾ ਧੋਣਾ ਜੀ ਸ਼ਾਮ ਨੂੰ ਵੀ ਨਵਾ ਕੇ ਪਾਉਣੀ ਹੈ ਬੈਡਰੂਮ ਬਾਥਰੂਮ ਵਿੱਚ ਵੀ ਕਰ ਲੈਂਦੀ ਹੈ ਲੇੜਦੇ ਲੀੜੇ ਪਏ ਉਹ ਸਾਰੇ ਲੀੜੇ ਧੋਣਾ ਜੀ ਸਾਰਾ ਬੋਕਰ ਭਾਰੀ ਕੱਢ ਕੇ ਰੋਟੀ ਪਾਣੀ ਬਣਾ ਕੇ ਖਵਾ ਕੇ ਇਹਨਾਂ ਨੂੰ ਫਿਰ ਮੈਂ ਜਾਂਦਾ ਜੀ ਕੀ ਕੰਮ ਕਰਦੇ ਤੁਸੀਂ ਜੀ ਮੈਂ ਰੇੜਾ ਚਲਾਉਂਦਾ ਜੀ ਅੱਛਾ ਜੀ ਰੇੜੇ ਤੇ ਮੈਂ ਜੋ ਵੀ ਕੀੜਾ ਲੱਗ ਜਾਂਦਾ ਕੋਈ ਲਿਆ ਕੇ ਤੇ ਇਹਨਾਂ ਨੂੰ ਖਵਾ ਦੇਣਾ ਜੀ ਰੋਟੀ ਪਾਣੀ ਖਵਾ ਦੇਣਾ ਫਿਰ ਰਾਤ ਨੂੰ ਇਹਦਾ ਇਹ ਨਹੀਂ ਪਤਾ ਜੀ ਸੌਂਦੀ ਹੈ ਕਿ ਜਾਗਦੀ ਹੁੰਦੀ ਜਦੋਂ ਵੇਖੀ ਇਹ ਜਾਗਦੀ ਪਈ ਹੁੰਦੀ ਹੈ ਦੌਰਾ ਪੈ ਜਾਂਦਾ ਦੌਰਾ ਪੈ ਗਿਆ ਸੱਟ ਵੱਜੀ ਜਿਹਦੇ ਇੱਧਰ ਦੀ ਅੱਖ ਤੇ ਪੁੱਠੀ ਹੋ ਕੇ ਡਿੱਗਦੀ ਹੈ ਜਦੋਂ ਦੌਰਾ ਪੈਂਦਾ ਜੀ ਪਹਿਲਾਂ ਇੱਧਰ ਦੀ ਅੱਖ ਤੇ ਮਰਾਈ ਸੀ ਹੁਣ ਇੱਧਰ ਦੀ ਅੱਖ ਤੇ ਮਰਾਈ ਜੀ ਅੱਛਾ ਅੱਛਾ ਜੀ ਹਾਂਜੀ 22 ਸਾਲ ਦੀ ਕੁੜੀ ਹੈ 22 ਸਾਲ ਦੀ ਹੈ ਜੀ ਕਿੰਨੇ ਬੱਚੇ ਤੁਹਾਡੇ ਕਿੰਨੇ ਆ ਦੋ ਤਿੰਨ ਮੁੰਡੇ ਹੀ ਆ ਮੁੰਡੇ ਮਦਦ ਨਹੀਂ ਕਰਦੇ ਕੋਈ ਕੋਈ ਨਹੀਂ ਪੁੱਛਦਾ ਜੀ ਇਕੱਲਾ ਹੀ ਆ ਬਸ ਮੈਂ ਪਈ ਰਹਿੰਦੀ ਨੇ ਕੋਈ ਪਾਣੀ ਵੀ ਨਹੀਂ ਪੁੱਛਦਾ ਘਰ ਵਾਲੇ ਨੂੰ ਕੀ ਤਕਲੀਫ ਹੈ ਇਹਨਾਂ ਨੂੰ ਸ਼ੂਗਰ ਆ ਜੀ ਬਹੁਤ ਚਿਰ ਤੋਂ ਸ਼ੂਗਰ ਦੀ ਗੋਲੀ ਚੱਲਦੀ ਹੈ ਗੋਲੀ ਦੇ ਮੇਰੀ ਗੱਲ ਟਣ ਹੁਣ ਜ਼ਿਆਦਾ ਹੋ ਗਈ ਸੀਗੀ ਮੇਰੀ ਦਾਖਲ ਵੀ ਕਰਾਇਆ ਸੀਗਾ ਜਿਹੜੇ ਪੈਸੇ ਸੀਗੇ ਸਾਡੇ ਕੋਲ ਲੱਗ ਗਏ ਅੰਕਲ ਤੇ ਹੁਣ ਦਵਾਈ ਲਈ ਜਾਂਦੇ ਜੀ ਮਾੜੀ ਮੋਟੀ ਜੇ ਕਿਤੋਂ ਆਰਾਮ ਆ ਗਿਆ ਅੰਕਲ ਮੇਰੀ ਗੱਲ ਤਾਂ ਚੁਣ ਲਓ ਇਹਦੀ ਪੈਨਸ਼ਨ ਆਉਂਦੀ ਬਸ ਉਹਦੇ ਨਾਲ ਗੁਜ਼ਾਰਾ ਕਰੀ ਜਾਂਦੇ ਗੇੜਾ ਲੱਗ ਜਾਂਦਾ ਜਿਵੇਂ ਅਸੀਂ ਦੇਖਦੇ ਹਾਂ ਵੀ ਇੱਥੇ ਇਹ ਰੇੜੀ ਫਿਰਦੀ ਹੈ ਕਿਤੇ ਇਸ ਤਰ੍ਹਾਂ ਵੀ ਹੁੰਦਾ ਵੀ ਘਰੋਂ ਬਾਹਰ ਚਲੀ ਜਾਂਦੀ ਬਾਹਰ ਚਲੀ ਜਾਂਦੀ ਜੀ ਭਾਲ ਭੁਲ ਕੇ ਲਈ ਜਾਈ ਨਿਗਾਹ ਇਹਦੇ ਤੋਂ ਤੁਰਿਆ ਹੀ ਨਹੀਂ ਜਾਂਦਾ ਅੱਛਾ ਇਹ ਤਾਂ ਪਈ ਰਹਿੰਦੀ ਸਾਰੀ ਦਿਹਾੜੀ ਜੇ ਤੁਹਾਡੇ ਘਰ ਵਾਲੀ ਤੋਂ ਹਾਂਜੀ ਅੱਛਾ ਤੇ ਫਿਰ ਇਹ ਜਾਵੜਦੀ ਹੈ ਕਿਸੇ ਪਾਸੇ ਤੋਂ ਉਦੋਂ ਫਿਰ ਇਹਨੂੰ ਭਾਲ ਭੁਲ ਕੇ ਲਈਦਾ ਜੀ ਉਸਦੇ ਸਰਕਾਰੀ ਹਸਪਤਾਲ 'ਚ ਵੀ ਮਸਾਂ ਭਾਲ ਕੇ ਲਿਆ ਮੈਨੂੰ ਰੜ ਕੇ ਤੁਰੀ ਗਈ ਸਾਰੇ ਲੋਕ ਵੇਖਦੇ ਸੀ ਉੱਥੇ ਅੱਛਾ ਕਿਹਦਾ ਬੱਚਾ ਇਹ ਰੜ ਕੇ ਮੈਂ ਇਹਨੂੰ ਭਾ ਕੇ ਗਿਆ ਉੱਥੇ ਪਾਸੇ ਮੈਂ ਕਿਹਾ ਚੱਲ ਤੂੰ ਬਹਿ ਜਾ ਅਤੇ ਉੱਥੇ ਭੱਜ ਗਈ ਪਤਾ ਨਹੀਂ ਕਿਹੜੇ ਪਾਸੋਂ ਮੈਂ ਇਹਦੇ ਟੈਸਟ ਕਰਾਉਣ ਜਾ ਲਈ ਵੀ ਮਤਲਬ ਕਿ ਬਹੁਤ ਔਖਾ ਇਹਦੇ ਵੱਲੋਂ ਮੈਂ ਕੰਮ ਵੱਲੋਂ ਵੀ ਔਖਾ ਅਤੇ ਕਰਦਾ ਕਰਾਂ ਕਿ ਕੰਮ ਦਾ ਕਰਾਂ ਅਤੇ ਜਿਵੇਂ ਬੱਚਾ ਹੁਣ ਮਤਲਬ ਕਿ ਚਲੋ ਹੁਣ ਇਹਦੇ ਵੱਸ ਦੀ ਗੱਲ ਨਹੀਂ ਕਿ ਜਿਵੇਂ ਸਾਨੂੰ ਬੁਲਾਉਂਦੀ ਚਲੋ ਸਾਨੂੰ ਕੋਈ ਦਿੱਕਤ ਵਾਲੀ ਗੱਲ ਨਹੀਂ ਪਰ ਕੋਈ ਆਉਂਦਾ ਜਾਂਦਾ ਵੀ ਉਹ ਵੀ ਕੋਈ ਨਹੀਂ ਆਉਂਦਾ ਜਾਂਦਾ ਜੀ ਅੱਛਾ ਨਾ ਸਾਡੇ ਕੋਲ ਘਰੇ ਆਉਂਦਾ ਕੋਈ ਨਾ ਸਾਨੂੰ ਕੋਈ ਬੁਲਾਉਂਦਾ ਜੀ ਇਹਦੇ ਕਰਕੇ ਹਾਂਜੀ ਇਹ ਦੋਵੇਂ ਮਾਵਾਂ ਧੀਆਂ ਬਸ ਇਹਨਾਂ ਨੂੰ ਮੈਂ ਛੱਡ ਜਾਂਦਾ ਇੱਥੇ ਬੈਠੀਆਂ ਰਹਿੰਦੀਆਂ ਪਈਆਂ ਰਹਿੰਦੀਆਂ ਇਹ ਬਾਹਰ 'ਚ ਬੈਠੀ ਰਹਿੰਦੀ ਸਾਰੀ ਦਿਹਾੜੀ ਉੱਥੇ ਜੀ ਕਦੇ ਇੱਧਰ ਜਾਵੜੀ ਉੱਧਰ ਜਾਵੜੀ ਕਿਸੇ ਪਾਸੇ ਬਸ ਐਂ ਤੁਰੀ ਫਿਰਦੀ ਜੀ ਕੀ ਮੰਗ ਕਰਦੇ ਹੋ ਤੁਸੀਂ ਮੰਗ ਕਰਦੇ ਬਸ ਕੋਈ ਮਦਦ ਹੋ ਜਾਵੇ ਬਸ ਇਹਨਾਂ ਦਾ ਕੋਈ ਮੇਰਾ ਕੋਈ ਕੰਮ ਕਾਰ ਚੱਲਦਾ ਹੋ ਜਾਵੇ ਬਸ ਤੁਸੀਂ ਚਾਹੁੰਦੇ ਹੋ ਜਿਵੇਂ ਮਨੁੱਖਤਾ ਦੀ ਸੇਵਾ ਵਾਲੇ ਹੈਗੇ ਆ ਜਾਂ ਕੋਈ ਹੋਰ ਆਸ਼ਰਮ ਹੈਗਾ ਵੀ ਉਹ ਤੁਹਾਡੀ ਬੇਟੀ ਨੂੰ ਰੱਖ ਲੈ ਤੇ ਹਾਂ ਠੀਕ ਹੋ ਜਾਵੇ ਜੀ ਮੈਂ ਤਾਂ ਕਹਿੰਦਾ ਅਰਦਾਸਾਂ ਕਰਦੇ ਮਹਾਰਾਜ ਮੇਰੇ ਵੀ ਠੀਕ ਹੋ ਜਾਵੇ
शुगर तीन सारे मंजे जो पई हो गई हूं ना मैं किसी फड़ फड़ के लोगों तो पैसे जेडे लाए दे अगले मंगते मंगन तो वैसे कोई हजे तक आया नहीं पता बीमारी है घरे तो फिर भी देने तो अगलिया हैगी मैं बड़ा कसूता अड़िया फिर दलना का कम चलता तो ना देखभाल करदे बेचारा रक्षा लैके कई बार घरों भी जा वड़दी है मन बुद्धि है ते बेचारा मगर ही रहिंदा पर लभ के लिया डर रहिंदा भी कि आकाश दे थल्ले ना आ जाए रुड़ रुड़ के जा वड़दी है। सो पिता दा फर्ज है निभा रहे है एक मोटरसाइकिल जगाड़ू रेड़ा जिहड़ा चला के आपके परिवार को पालते हैं घर वाले नूं शुगर की दिक्कत है 22 साल की कुड़ी जवान है जिन्हों विहना सीगा वो भी चल भी नहीं सकती तो दिमाग पक्षों भी जिहड़ा हैगा उहदा दिमाग नहीं काम करता। सो इहदी गुहार है वो दानी सज्जना उहनूं कोई इहनां दी मदद कर सके जां इस बच्चे नूं ठीक कर सके आपके कोल रख सके। सो इस तरह का गुहार ये परिवार वालों लाई जाती है। सो साडे वालों भी दानी सज्जना यही बेनती है कि जेकर कोई इहनां नूं इन्हों का कोई बांह फट सकता तो जरूर मदद की जाए। कैमरा परसन दीपक गुडवाल के नाल मैं सुनील जंदल कोटकपुरा।